ਕੇ ਜਿੰਦਾ ਹੀ ਹੈ ਜੀ। ਹਿੱਲਦਾ ਤਾਂ ਹੈ ਜੀ ਥੋੜ੍ਹਾ ਥੋੜ੍ਹਾ, ਉੱਗ ਗਿਆ, ਖਾਧਾ ਬਾੜ ਕੱਢ ਛੜਿਆ ਡੱਡੂ। ਖਾ ਲੈਂਦੇ ਨੀ ਡੱਡੂ, ਬੜੇ ਜਿਹੇ ਨਿਕਲ ਆਏ ਨਾ ਡੱਡੂ ਚ, ਬਹੁਤਾ ਜ਼ਹਿਰ ਹੁੰਦਾ ਹਨਾ ਇਹਦੇ ਨਾਲ, ਦੋ ਗੁਣਾ ਬਹੁਤਾ ਜ਼ਹਿਰ ਹੁੰਦਾ ਡੱਡੂ ਚ। ਡੱਡੂ ਨੇ ਯਾਰ ਕੀਤਾ ਤੈਨੂੰ ਸੁਣਿਆ? ਦੋ ਗੁਣਾ ਕਿੰਨਾ ਜ਼ਿਆਦਾ ਹੁੰਦਾ? ਮੜ ਗਿਆ, ਮੁੱਕ ਗਈ ਇਹ ਕਹਾਣੀ ਜੀ। ਤਾਂ ਹੀ ਕੀੜੀਆਂ ਲੱਗ ਜਾਂਦੀਆਂ ਨਾ, ਮੱਖੀਆਂ ਲੱਗਣ ਲੱਗੀਆਂ। ਬੰਦ ਕਰਕੇ ਉਹ ਤੇ ਸੁੱਟਦੇ ਵਿੱਚ, ਉਹ ਨਿਕਲ ਕਾਦ ਕੱਢਦੇ ਕਿ ਨਹੀਂ। ਉਹਨੂੰ ਚੁੱਕਣਾ ਪੈਣਾ ਵਿਆਹ ਦੀ ਹੈ। ਨਿੱਕਾ ਕੋਈ ਡੱਡੂ ਖਾਧਾ? ਨਿੱਕਾ ਨੀ ਖਾਧਾ, ਵੱਡਾ ਹੀ ਸੁਖਣਾ ਨਾ। ਨਿੱਕਾ ਹੀ ਖਾਧਾ ਹੋਈ ਹੈ, ਆਪੇ ਵੀ ਨਿੱਕਾ ਹੈ ਤੇ ਨਿੱਕਾ ਹੀ ਖਾਧਾ। ਇਹਨੂੰ ਵੀ ਵਿੱਚ ਬੋਤਲ ਚ ਪਹਾੜੋ, ਪੂਰਾ ਡੱਡੂ ਖਾ ਲੈਂਦੇ। ਹੋਰ ਕੀ, ਇਹ ਤੇਰੇ ਮੜਨ ਦਿਆ ਤੇ ਹਜ਼ਮ ਨੇ ਹੋਇਆ ਤਾਂ ਕੱਢ ਛੜਿਆ। ਅੱਖਾਂ ਬੰਦ ਕਰ ਗਿਆ ਕਿ ਕੋਈ ਨਾ, ਇਹਦੀਆਂ ਵੀ ਨਹੀਂ ਹੁੰਦੀਆਂ, ਜਿਹੜਾ ਮਰਜ਼ੀ ਆਪਣੀ ਬੰਦ ਹੁੰਦੀ ਹੈ ਜਿੰਦਾ। ਮੈਨੂੰ ਲੱਗਦਾ ਲੱਗਦਾ ਜਿੰਦਾ ਹੀ ਨਜ਼ਰ ਹੀ ਨਹੀਂ ਆਉਂਦਾ, ਬੋਤਲ ਹੀ ਬੜੀ ਗੰਦੀ ਹੈ। ਸਾਫ਼ ਇੱਕ ਲੱਭਣ ਡਈ ਹੈ, ਨਜ਼ਰ ਆਉਂਦੀ ਹੈ ਕਾਲੀ ਅੱਖ ਖੁੱਲੀ ਰਹੇ ਜੂੰਕੜੇ। ਲਓ ਜੀ ਦੋਸਤੋ, ਇਹ ਸੱਪ ਅਜੇ ਨਿਕਲਿਆ ਜੇ, ਇਹ ਐਕਸਪਾਇਰ ਹੋ ਗਿਆ ਬੋਤਲ 'ਚ ਬੰਦ ਕੀਤਾ ਕੀਤਾ ਜੀ। ਠੀਕ ਹੈ, ਇਹਦੇ ਥੋੜ੍ਹੀ ਜਿਹੀ ਕਹੀ ਵੀ ਲੱਗ ਗਈ। ਇਹ ਬਾੜ ਪੈਲੀ ਵਿੱਚ ਖਾਦ ਪਾਉਂਦੇ ਕੱਢਦੇ ਹਨ, ਗੋਹਾ ਸ਼ੋਇਆ ਕੱਢਦੇ ਹਨ ਪੈਰ ਬੰਦ। ਠੀਕ ਹੈ, ਇਹ ਸੱਪ ਉਹਨਾਂ ਦੇ ਪੈਰ ਨੂੰ ਲਗਾਉਣਾ ਫੜਾ ਫਿਰ ਇਹਨੂੰ ਜਿਹੜਾ ਨਾ ਬੋਤਲ 'ਚ ਪਾਇਆ, ਬੋਤਲ 'ਚ ਪਾਇਆ ਚੈੱਕ ਕਿੰਨਾ ਵੱਡਾ ਸੱਪ ਹਜੇ ਬੋਤਲ ਦੇ ਵਿੱਚ ਪਾਇਆ, ਹੁਣ ਐਕਸਪਾਇਰ ਹੋ ਗਿਆ, ਹੁਣ ਇਹਨੂੰ ਬੋਤਲ ਸਮੇਤ ਬਾੜ ਸੁੱਟਦਾਂਗੇ। ਠੀਕ ਹੈ, ਉਹ ਪੈਲੀ ਬਾੜ ਪੈਲੀ ਦੇ ਵਿੱਚ ਅਸੀਂ ਲੱਗੇ ਹਾਂ ਕੰਮ, ਬਾਕੀ ਜੋ ਅੱਗੇ ਸਾਡਾ ਜਿਹਨੂੰ ਰੋਟੀ ਸ਼ਾਟੀ ਪਹਾੜੀ ਖਵਾ ਪਿਆ ਅੱਗੇ, ਹੁਣ ਬੈਠਾ ਹੈ ਕਿੰਜ ਚੈੱਕ ਕਰੋ। ਹਾਲਾਂ ਜੋ ਅੱਗੇ ਸੱਪ ਖਾ ਲੈ, ਸੱਪ ਖਾ ਲੈ, ਸੱਪ ਨੂੰ ਹੁਣ ਅਸੀਂ ਬਾੜ ਸੁੱਟਣ ਲੱਗੇ ਜੇ। ਉਹ ਬੰਦਾ ਕਿਹੜਾ ਫੋਨ 'ਤੇ ਲੱਗੇ, ਉਹਨਾਂ ਨੇ ਫੜਿਆ ਜਿਹਾ ਸੱਪ ਹੈ ਚੈੱਕ। ਕਾਲਾ ਵੱਜਿਆ ਅਜੇ ਚੈੱਕ, ਕਾਲੇ ਨੂੰ ਬੰਨਿਆ ਸੀ ਸੱਪ ਬਾਹਰ ਛੱਡਿਆ, ਉਹ ਬਾਹਰ ਹੀ ਨਾ ਨਿਕਲਿਆ, ਮੜਿਆ ਸੀ ਬਾਹਰ ਹੀ ਨਹੀਂ ਨਿਕਲਿਆ ਸੀਗੇ ਸੱਪ, ਤਾਂ ਖੁੱਲ੍ਹਾਂ ਪਹਿਲੇ ਕਾਲੇ ਨੂੰ ਬੰਨਾ, ਕਾਲਾ ਬੰਨਿਆ ਫਿਰ ਸੱਪ ਖੁੱਲ੍ਹਣ ਲੱਗੇ, ਸੱਪ ਨਿਕਲਿਆ ਹੀ ਨਾ ਮੜਿਆ।
ਇਸ ਵੇਲੇ ਤੂੰ ਕਾਲੇ ਨੂੰ ਬੰਨ ਛੜਿਆ ਕਿ ਜਿਹਨੂੰ ਇਹ ਖਾਣ ਨਾ ਲਵੇ। ਇਹ ਸਿੰਘ ਦਾ ਜੀ ਲੈ ਵੇ ਕੰਮ ਦੇਖਦੇ, ਬਾਕੀ ਇਹਨੂੰ ਰੂੜੀ ਤੇ ਸੁੱਟੀਏ। ਲੋ ਜੀ ਦੋਸਤੋ, ਇਹ ਚੈੱਕ ਕਰੋ, ਇਹ ਰੂੜੀ ਬਾਹਰ ਖਿਲਾੜਨ ਦੇ, ਇਹ ਰੂੜੀ ਚੈੱਕ ਕਰੋ, ਇਹਦੇ ਵਿੱਚੋਂ ਨਿਕਲਿਆ ਸੱਪ। ਇਹ ਸੱਪ ਜੇ ਖੁਦਾ ਬਣਿਆ ਇੱਥੇ, ਇਹਨੂੰ ਅਫਸਰ ਕੋ ਪਾਸ ਮੜ ਗਿਆ, ਸੁੱਟਦੇ ਲਗੇ ਮੜ ਗਿਆ, ਮੜ ਗਿਆ, ਹੁਣੇ ਦਾ ਕੀ ਹੋਣਾ। ਇਹ ਚੈੱਕ ਕਰੋ, ਹੁਣ ਸੁੱਟੀਏ, ਬਾਕੀ ਇਹ ਰੂੜੀ ਦੇ ਵਿੱਚ ਕੱਢਿਆ ਇਹ ਸੱਪ, ਉਹ ਉੱਥੇ ਨਿਕਲਿਆ ਇਹਨੂੰ ਕਰ ਜਾ, ਠੀਕ ਹੈ। ਹੁਣ ਮੈਂ ਸੱਪ ਸੁੱਟ ਛੜਿਆ ਜੇ, ਐਂ ਦੇਖੋ ਇਹਦੇ ਕੰਮ, ਕੋਤਾ ਇੱਥੇ ਵੱਜ ਜਾ ਜੇ, ਬਾਕੀ ਅਸੀਂ ਹੁਣ ਡੇਢ ਦੇ ਟੁੱਟ ਚੱਲੇ ਜੇ ਜੀ। ਸਲਾਮ ਅਲੈਕਮ, ਕੀ ਹਾਲ ਹੈ, ਠੀਕ ਹੋ? ਉਮੀਦ ਕਰਦਾ ਸਾਰੇ ਦੋਸਤ ਠੀਕ ਠਾਕ ਹੋਣਗੇ। ਦੋਸਤੋ ਅੱਜ ਦੇ ਵਲੋਗ ਦਾ ਆਗਾਜ਼ ਕਰਨੇ, ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ ਜੇ, ਅਤੇ ਮੈਂ ਸਾਰੇ ਕੰਮ ਸ਼ਾਮ ਖਤਮ ਕਰ ਕੇ ਅਤੇ ਹੁਣ ਦੇ ਲਾਇਆ, ਅਤੇ ਬਾਕੀ ਛੋਟੇ ਵੱਡੇ ਟੁੱਟ ਗਿਆ ਸਾ, ਬਾਕੀ ਹੁਣ ਬਾਰਿਸ਼ ਹੋਣ ਲੱਗ ਪਈ ਸੀ, ਬਾਰਿਸ਼ ਦੀ ਵਜ੍ਹਾ ਤੋਂ ਸਾਰਾ ਦੇਖੋ ਗਿੱਲਾ ਹੋ ਗਿਆ ਵਾ, ਸਾਰਾ ਹੀ ਟੋਟਲੀ ਗਿੱਲਾ ਹੋਇਆ ਬਾਰਿਸ਼ ਦੇ ਵਿੱਚ, ਪੱਠੇ ਵੱਢਦਾ ਰਿਹਾ, ਪਰ ਪੱਠੇ ਹੈ ਕੋਈ ਨਹੀਂ, ਦੇਖੋ ਮਾਸਾ ਜਿੰਨੇ ਪੱਠੇ ਨੇ, ਬਾਕੀ ਜੋਗੀ ਨੂੰ ਮੈਂ ਬਾਹਰ ਬੰਨਿਆ ਹਜੇ ਬਾਰਿਸ਼ ਦੇ ਵਿੱਚ, ਮੈਂ ਕਿਹਾ ਥੋੜ੍ਹਾ ਜਿਹਾ ਠੰਡੇ ਵਾ ਇਹਨੂੰ ਫਿੜੇ, ਅੰਦਰ ਬੰਨ ਬੰਨ ਗਰਮੀ ਦੇ ਅੰਦਰ ਵਿੱਚ ਅੰਦੇ ਅੰਦਰ ਗਰਮੀ ਹੋਈ ਹੈ। ਬਾਕੀ ਜਾਨਵਰ ਸਾਡੇ ਸਾਰਿਆਂ ਦੇਖੋ ਪੱਠੇ ਛੱਟੇ ਖਾ ਲਏ ਜੇ, ਠੀਕ ਹੈ, ਸਾਡੇ ਖਾ ਕੇ ਵਿਹਲੇ ਸਾਈਡ ਦੇ ਖਲੋਤੇ ਨੇ, ਹੁਣ ਪੱਠੇ ਵੀ ਹੈ, ਹੁਣ ਮੈਂ ਇਹਨਾਂ ਵਾਸਤੇ ਖਲ ਭਿਉਈ, ਖਲ ਭਿਉ, ਲੈਟ ਉੱਡ ਗਈ ਸੀ, ਲੈਟ ਆਈ ਮੋਟਰ ਚਲਾ, ਖਲ ਛਲ ਭਿਉਈ ਜੇ, ਖਲ ਭਿਉਂਗੇ ਹੁਣ ਇਹਨਾਂ ਨੂੰ ਥੋੜ੍ਹੀ ਸਹੀ ਹੁੰਦੀ ਹੈ ਤਾਜ਼ੀ ਤਾਜ਼ੀ, ਫਿਰ ਇਹਨਾਂ ਨੂੰ ਗਤਾਵਾ ਕੱਢ ਕੇ ਨਾ ਸੁੱਟਾਂਗੇ ਸਾਰੇ ਜਾਨਵਰ, ਦੇਖੋ ਹਜੇ ਮੂੰਹ ਚੁੱਕ ਕੇ ਖਲੋਤੇ, ਇਹਨਾਂ ਨੂੰ ਤੂੜੀ ਪਾ ਕੇ ਗਤਾਵਾ ਪਾਵਾਂਗੇ, ਠੀਕ ਹੈ। ਬਾਕੀ ਜਾਨਵਰ ਇੱਥੇ ਜਾਨਵਰਾਂ ਨੂੰ ਮੈਂ ਬੱਜਿਆ ਬੰਨਿਆ ਅੱਜ, ਇਹ ਦੇਖੋ ਕਾਲੇ ਦੇ ਕੰਮ। ਬਾਕੀ ਦੋਸਤੋ ਮੈਂ ਸਾਰਾ ਗਿੱਲਾ ਹੋ ਗਿਆ, ਟੋਟਲੀ ਸਾਰਾ ਗਿੱਲਾ ਹੋ ਗਿਆ, ਠੀਕ ਹੈ, ਅਤੇ ਮੈਂ ਹੁਣ ਥੋੜ੍ਹਾ ਜਿਹਾ ਕੰਮ ਸ਼ਾਮ ਖਤਮ ਕਰ ਲਈ, ਮੇਰੀ ਅੱਜ ਸਲਾਹ ਸੀ ਮੋਟਰ ਚਲਾਵਾਂ, ਅਤੇ ਅੱਲਾ ਲਈ ਅੱਜ ਬਾਰਿਸ਼ ਹੋਣ ਲੱਗ ਪਈ ਹਜੇ, ਅਤੇ ਇਹ ਵੀ ਮੌਸਮ ਚੈੱਕ ਕਰੋ, ਇਹ ਵੀ ਬੱਦਲ ਬੱਦਲ ਬਣਿਆ, ਠੀਕ ਹੈ। ਅਤੇ ਬਾਕੀ ਜੋਗੀ ਨੂੰ ਹੁਣ ਮੈਂ ਬਾਹਰ ਤਾਂ ਨਹੀਂ ਖੜਨਾ ਹੈ, ਕਿਉਂਕਿ ਵਿੱਚ ਚਿੱਕਰ ਚਿੱਕਰ ਹੋ ਗਿਆ, ਪਹਿਲੇ ਮੇਰੀ ਸਲਾਹ ਸੀ ਬਾਹਰ ਖੜਾਉਣ, ਠੰਡੀ ਮੌਸਮ ਹੋ ਗਿਆ, ਅਤੇ ਹੁਣ ਬਾਰਿਸ਼ ਹੋਈ ਹੈ, ਨਾਲੇ ਥੋੜ੍ਹਾ ਫਰੈਸ਼ ਵੀ ਹੋਇਆ, ਅਤੇ ਚਿੱਕਰ ਵੀ ਹੋਇਆ ਬਾਹਰ, ਅਤੇ ਇਹਨੇ ਮੈਨੂੰ ਬੜਾ ਖਿੱਚਣਾ ਵੇ, ਕਿਉਂਕਿ ਫਰੈਸ਼ ਹੋ ਗਿਆ, ਠੰਡਾ ਹੋ ਗਿਆ ਨਾ, ਸਹੀ ਅੱਗੇ ਗਰਮੀ ਨਹਾਸਦਾ ਸੀ, ਅਤੇ ਸਾਹ ਨਾ ਸਾਹ ਨਹੀਂ ਰਲਦਾ, ਅਤੇ ਹੁਣ ਤਾਂ ਇਹਨੇ ਖਿੱਚਣਾ ਚੰਗਾ ਜ਼ੋਰ ਲਾਉਣਾ। ਦੇਖੋ ਹੁਣ ਉਹਦੀ ਸਲਾਹ ਹੈ ਮੈਨੂੰ ਬਾਹਰ ਖੜੇ, ਅਤੇ ਪਰ ਮੈਨੂੰ ਬਾਹਰ ਨਹੀਂ ਜੇ ਖੜਨਾ ਹੈ, ਦੇਖੋ ਉਹ ਜੱਗੇ, ਇਹ ਦੇਖੋ ਕਿੰਝ ਜੰਪ ਮਾਰ ਗਿਆ ਹੈਗਾ, ਵੇਖਿਆ ਤੁਸੀਂ, ਵੇਖਿਓ ਕਿੰਨੀ ਸਪੀਡ ਜਾਂਦਾ, ਉਹ ਦੇਖੋ ਇਹਦੇ ਕੰਮ। ਮੈਂ ਜੀ ਸੰਗਲ ਤੋਂ ਦੂਰ ਹਾਂ, ਜੇ ਤਾਂ ਮੈਂ ਨਜ਼ਦੀਕ ਗਿਆ ਇਹਨੂੰ ਛਾਲਾਂ ਮਾਰਨ ਲੱਗ ਪਿਆ, ਇਸ ਵਜ੍ਹਾ ਤੋਂ ਮੈਂ ਤਾਂ ਨਜ਼ਦੀਕ ਨਹੀਂ ਜਾਂਦਾ, ਅਤੇ ਕਾਲਾ ਜਾਣ ਕੇ ਵੀ ਹੋ ਕਾਲੇ ਦੇ ਕੰਮ, ਉਹਨੂੰ ਦੰਦੀਆਂ ਪਾਉਂਦਾ ਇਹ 'ਚ ਕਾਲਾ, ਇਹ ਦੇਖੋ ਕਿੰਝ ਪੁੱਛਣ ਲਾਈ ਜਾਂਦਾ ਨਾ, ਐਕਟਿਵ ਕਿੰਨਾ ਹੋਇਆ, ਇਹ ਦੇਖੋ ਇਹ ਦੇਖੋ ਇਹ ਦੇਖੋ, ਇਹ ਛਲਾਂਗਾ ਲੰਘਾਉਂਦਾ। ਕੱਲ ਤੈਨੂੰ ਮੈਂ ਕਿਸ ਦਿਨ ਬੰਨ ਛੜਿਆ ਨਾ ਜਿੱਦਣ, ਅਤੇ ਤੂੰ ਫਿਰ ਜੋਗੀ ਨੇ ਤੈਨੂੰ ਇੰਝ ਕਹਿਣਾ, ਕਾਲਾ ਨੂੰ ਆਉਂਦਾ ਬੰਦਾ ਬੰਨ, ਇਹ ਕੰਮ ਚੈੱਕ ਕਰ ਤੁਸੀਂ। ਬਾਕੀ ਸੁਲਤਾਨ ਵੀ ਹਾਂ 200 ਰੁਪਏ ਆ ਰਿਹਾ, ਪੱਠੇ ਛੋਟੇ ਸੁਲਤਾਨ ਨੇ ਵੀ ਖਾ ਲਿਆ, ਹੁਣ ਬਸ ਇਹਨਾਂ ਨੂੰ ਗਤਾਵਾ ਕਰਕੇ ਪੱਠੇ ਛੋਟੇ ਪਾਉਣੇ ਜੇ, ਠੀਕ ਹੈ। ਬਾਕੀ ਇਹ ਦੇਖੋ ਇਹਨਾਂ ਦੇ ਕੰਮ, ਬਾਕੀ ਅਸਾਂ ਦੁਪਹਿਰ ਨੂੰ ਆਏ ਸਾਂ, ਦੁਪਹਿਰ ਨੂੰ ਆ ਕੇ ਨਾ ਅਸੀਂ ਉਹ ਡੂੜੀ ਸਟਵਾਉਂਦੇ ਹਾਂ ਪੈਲੀ ਦੇ ਅੰਦਰ, ਜਿਹੜੀ ਇਹਨਾਂ ਖਾਦ ਖੂਦ ਜਿਹੜਾ ਗੋਹਾ ਸ਼ੋਇਆ ਜਿਹੜਾ ਸੀ ਨਾ, ਉਹ ਸਾਰਾ ਪੈਲੀ ਦੇ ਵਿੱਚ ਸਟਵਾਉਂਦੇ ਹਾਂ, ਅਤੇ ਉਹ ਕਾਫੀ ਦੇਰ ਦਾ ਪਿਆ ਸੀ, ਕਾਫੀ ਦੇਰ ਦਾ ਗੁੱਸਾ ਪਿਆ ਸੀ ਜਿਹੜਾ ਨਾ, ਉਹਦੇ ਵਿਆਹ ਤੋਂ ਫਿਰ ਉੱਥੇ ਹੋ ਗਿਆ, ਥੱਲੇ ਸੱਪ ਨਿਕਲੇ, ਇਹ ਦੋ ਛੋਟੇ ਛੋਟੇ ਬੱਚੇ ਨਿਕਲੇ ਨੇ, ਇੱਕ ਬਹੁਤ ਵੱਡਾ ਨਿਕਲਿਆ ਸੀ, ਅਤੇ ਉਹ ਬੋਤਲ 'ਚ ਪਾਇਆ ਸੀ, ਉਹਨੂੰ ਕਿਤੇ ਕਈ ਮਾਰਦੇ ਆ ਨਾ ਵਿੱਚੋਂ ਵਿੱਚੋਂ ਮਿੱਟੀ ਦੇ ਵਿੱਚ ਕਈ ਮਾਰਦੇ ਆ, ਅਤੇ ਕਿਸੇ ਵਿੱਚ ਉਹਨੂੰ ਥੋੜ੍ਹੀ ਜਿਹੀ ਲੱਗ ਗਈ ਸੀ, ਇਸ ਵਿਆਹ ਤੋਂ ਐਕਸਪਾਇਰ ਹੋ ਗਿਆ ਸੀ, ਮਰ ਗਿਆ ਸੀ, ਫਿਰ ਅਸਾਂ ਚੁੱਕ ਕੇ ਉਹਨੂੰ ਬਾਹਰ ਸੁੱਟ ਛੱਡਿਆ ਰੂੜੀ 'ਤੇ ਬੋਤਲ ਸਮੇਤ,
ਠੀਕ ਹੈ, ਬਾਕੀ ਇਹਨਾਂ ਦੋਵਾਂ ਦੇ ਕੰਮ ਚੈੱਕ ਕਰੋ। ਬਾਕੀ ਹੁਣ ਅੱਲਾ ਹੈਰ ਕੀਤਾ ਪਹਿਲੀ ਬਗਾਨੇ ਆ, ਹੁਣ ਜਗ੍ਹਾ ਥੋੜ੍ਹੀ ਜਿਹੀ ਸਵਾਰੀ ਸੁਵੜੀ ਕੀਤੀ ਹੈ, ਮਿੱਟੀ ਛਿੱਟੀ ਉੱਤੋਂ ਪੱਟੀ ਪੁੱਟੀ ਹੈ, ਮਿੱਟੀ ਛਿੱਟੀ ਉੱਤੋਂ ਪੁੱਟੀ ਹੈ, ਠੀਕ ਹੈ। ਹੁਣ ਉਹ ਅੱਲਾ ਹੈਰ ਕੀਤਾ ਅਤੇ ਟਰੈਕਟਰ ਵਾਲਾ ਆਏਗਾ ਅਤੇ ਫਿਰ ਉਹ ਸਾਰੀ ਪਹਿਲੀ ਸਾਰੀ ਸਵਾਰੀ ਹੋਏਗੀ, ਫਿਰ ਪੱਠੇ ਉੱਗਣਗੇ, ਫਿਰ ਇਹਨਾਂ ਨੂੰ ਸਹੀ ਰੱਜ ਰੱਜ ਕੇ ਪੱਠੇ ਪੈਣਗੇ, ਨਹੀਂ ਤਾਂ ਹਈਏ ਦਿੱਕਤ ਤਾਂ ਅੱਲਾ ਹੈਰ ਕੀਤਾ ਇਹਨਾਂ ਵਾਸਤੇ ਪੱਠੇ ਗੁਜ਼ਾਰਾ ਹੀ ਹੁੰਦਾ ਪਈਏ, ਜਿਹਦੀ ਸਹੀ ਗੱਲ ਹੈ ਗਤਾਬ ਗਤੂਬਾ ਕੱਢ ਕੇ, ਠੀਕ ਹੈ। ਬਾਕੀ ਦੋਸਤੋ ਮੈਂ ਹੁਣ ਕੰਮ ਸ਼ਾਮ ਥੋੜ੍ਹੇ ਜਿਹੇ ਜਿਹੜੇ ਰਹਿ ਗਏ ਨੇ ਗਤਾਬ ਗਤੂਬਾ ਕਰੀ ਇਹਨਾਂ ਨੂੰ ਪਾਈਏ, ਬਾਕੀ ਸਾਡਾ ਸੁਲਤਾਨ ਦੇਖੋ ਕਿ ਇਨਸ਼ਾਲਾ ਮਾਰਦਾ। ਉਹ ਸੁਲਤਾਨ 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 ਨੂੰ ਵੀ ਗਰਮੀ ਲੱਗਦੀ ਸੀ ਤਾਂ ਹੁਣ ਥੋੜ੍ਹਾ ਜਿਹਾ ਐਕਟਿਵ ਹੋਇਆ ਜੇ ਤਾਂ ਮਾਸ਼ਾਅੱਲਾ ਛਾਲਾ ਮਾਰਦਾ ਅੱਜ। ਸੁਲਤਾਨ ਓਏ ਸੁਲਤਾਨ ਸੁਲਤਾਨ ਦੇਖੋ ਦੇਖਦਾ ਜੀ, ਇਹ ਦੇਖੋ ਇਹ ਦੇਖੋ ਸੁਲਤਾਨ, ਆ ਜਾ ਬਾਹਰ ਚਲੀਏ। ਸੁਲਤਾਨ ਨੂੰ ਮੈਂ ਜਿੱਥੇ ਅੱਗੇ ਅੱਗੇ ਦੌੜਨਾ ਨਾ ਅਤੇ ਮੇਰੇ ਪਿੱਛੇ ਪਿੱਛੇ ਦੌੜਦਾ, ਜਿੱਥੇ ਇਹਦੀ ਸੁਲਤਾਨ ਦੀ ਜਿੱਥੇ ਇਹਦੀ ਅੰਮਾ ਨਜ਼ਰ ਆਈ ਹੈ ਨਾ, ਫਿਰ ਸੁਲਤਾਨ ਮੈਨੂੰ ਛੱਡ ਕੇ ਫਿਰ ਆਪਣੀ ਅੰਮਾ ਦੌੜ ਜਾਂਦਾ ਜੀ, ਇੰਝ ਕਰਦਾ ਜੀ। ਜੇ ਉਹ ਨਜ਼ਰ ਨਾ ਆਏ ਤਾਂ ਫਿਰ ਮੇਰੇ ਪਿੱਛੇ ਪਿੱਛੇ ਦੌੜਦਾ, ਤਾਂ ਵੇਖੋ ਕਿੰਝ ਛਾਲਾ ਮਾਰਦਾ ਜੀ ਮਾਸ਼ਾਅੱਲਾ। ਇਹ ਦੇਖੋ ਇਹ ਦੇਖੋ ਇਹ ਦੇਖੋ ਮਸਤੀਆਂ ਕਰਦਾ ਜੇ, ਚੈੱਕ ਕਰੋ ਜੋਗੀ ਨੂੰ ਵੀ ਮਸਤੀਆਂ ਸੋਝੀਆਂ ਨੇ, ਤਾਂ ਸਲਾਹ ਕਿ ਮੈਨੂੰ ਬਾਹਰ ਖੜੇ, ਪਰ ਇਹਨੂੰ ਮੈਂ ਬਾਹਰ ਨਹੀਂ ਖੜਨਾ ਹੈ ਕਿਉਂਕਿ ਬਾਹਰ ਇਹਨੇ ਚਿੱਕੜ ਚਿੱਕੜ ਹੋਇਆ, ਇਹਦੇ ਕੰਮ ਦੇਖੋ ਛਲਾਂਗਾ ਲਗਾਉਂਦਾ ਜੀ। ਓਏ ਸੁਲਤਾਨ ਸੁਲਤਾਨ ਓਏ ਸੁਲਤਾਨ ਦੇਖੋ 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 ਓਏ ਤੂੰ ਖੜਨਾ ਸੁਲਤਾਨ ਸੁਲਤਾਨ ਓਏ ਸੁਲਤਾਨ ਸੁਲਤਾਨ ਓ ਸੁਲਤਾਨ। ਬਾਕੀ ਦੋਸਤੋ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਨੇ, ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ, ਅੱਜ ਦਾ ਵਲੋਗ ਇੱਥੇ ਖਤਮ ਕਰਨੇ। ਮਿਲਦੇ ਹਾਂ ਨੈਕਸਟ ਵਲੋਗ ਵੀਡੀਓ, ਲਾਜ਼ਮੀ ਲਾਈਕ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵਲੋਗ 'ਚ, ਅੱਲਾ ਹਾਫਿਜ਼। ਉਹ ਦੇਖੋ ਸੁਲਤਾਨ ਮਸਤੀਆਂ ਕਰਦਾ ਜੇ, ਉਹ ਦੇਖੋ ਬਸ ਹੁਣ ਉਹ ਦਿਲ 'ਤੇ ਕੜਾਉਂਦਾ ਜੇ ਚੰਗੇ ਡੋਡੇ।